ਚੂਹੇ ਬਿੱਲੀ ਦੇ ਹੱਥੋਂ ਤੰਗ ਹੋ ਗਏ। ਮੁਸੀਬਤ ਰੋਜ਼ ਆਉਂਦੀ ਤੇ ਦੋ ਚਾਰ ਨੂੰ ਪਕੜ ਕੇ ਲੈ ਜਾਂਦੀ। ਇੱਕ ਦਿਨ ਸਾਰੇ ਚੂਹੇ ਨੇ ਇਕੱਠੇ ਹੋ ਕੇ ਕਿਹਾ, ਕੋਈ ਅਜਿਹਾ ਤਰੀਕਾ ਬਤਾਓ ਕਿ ਬਿੱਲੀ ਸਾਨੂੰ ਪਕੜ ਨਾ ਸਕੇ। ਅਗਰ ਅਸੀਂ ਇਸੇ ਤਰ੍ਹਾਂ ਚੁੱਪ ਚਾਪ ਬੈਠੇ ਰਹੇ ਤੇ ਇੱਕ ਦਿਨ ਉਹ ਸਾਰਿਆਂ ਨੂੰ ਖਾ ਜਾਸੀ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਝ, ਮਗਰ ਕੋਈ ਅਜਿਹਾ ਤਰੀਕਾ ਕਿਸੇ ਨੇ ਨਾ ਬਤਾਇਆ ਜਿਸ ਸੇ ਬਿੱਲੀ ਦੇ ਪੰਜਿਆਂ ਸੀ ਬਚਾ ਜਾ ਸਕੇ। ਅਖੀਰ ਵਿੱਚ ਇੱਕ ਜਵਾਨ ਚੂਹੇ ਨੇ ਖਲੋ ਕੇ ਕਿਹਾ, ਮੇਰੇ ਜ਼ਹਿਨ ਵਿੱਚ ਇੱਕ ਤਰਕੀਬ ਆਈ ਹੈ, ਇਹ ਤੇ ਜ਼ਰਾ ਮੁਸ਼ਕਿਲ ਹੈ, ਮਗਰ ਬਿੱਲੀ ਦੇ ਖਤਰੇ ਸੀ ਨਿਜਾਤ ਮਿਲ ਜਾਸੀ। ਸਾਰੇ ਚੂਹਿਆਂ ਨੇ ਮਿਲ ਕੇ ਕਿਹਾ, ਆਹਾਂ ਪਤਾ ਪਤਾ ਨਾ ਤਰਕੀਬ। ਚੂਹੇ ਨੇ ਕਿਹਾ ਕਿ ਬਿੱਲੀ ਦੇ ਗਲੇ ਵਿੱਚ ਕੈਂਟੀ ਬਣਨੀ ਚਾਹੀਦੀ, ਜਦੋਂ ਬਿੱਲੀ ਆਸੀ ਤੇ ਕੈਂਟੀ ਦੀ ਆਵਾਜ਼ ਸੁਣ ਕੇ ਅਸੀਂ ਨੱਸ ਜਾਸੀ। ਸਾਰੇ ਚੂਹੇ ਖੁਸ਼ੀ ਨਾਲ ਕੁਦਾ ਮਾਰਨੇ ਲੱਗੇ, ਸਾਰੇ ਬਹੁਤ ਖੁਸ਼ ਹੋ ਗਏ। ਇੱਕ ਚੂਹਾ ਬੋਲਾ, ਕੈਂਟੀ ਬਣਨਾ ਕੋਈ ਮੁਸ਼ਕਿਲ ਕੰਮ ਨਹੀਂ ਗਾ, ਮੈਂ ਬਿੱਲੀ ਦੇ ਅਗਲੇ ਪੈਰ ਨੂੰ ਪਕੜ ਲੈ ਸਾਂ। ਦੂਆ ਬੋਲਾ, ਪਿਛਲੀ ਟੰਗਾ ਮੈਂ ਪਕੜ ਲੈ ਸਾਂ। ਇੱਕ ਚੂਹੇ ਨੇ ਜੋਸ਼ ਵਿੱਚ ਆ ਕੇ ਕਿਹਾ, ਉਸ ਦੀ ਪੁੱਛਲ ਮੈਂ ਪਕੜੀ ਰੱਖ ਸਾਂ। ਇੱਕ ਬੁੱਢੇ ਚੂਹੇ ਨੇ ਇਹ ਸਾਰੀ ਗੱਲਾਂ ਚੁੱਪ ਕਰਕੇ ਸੁਣੀਆਂ ਤੇ ਪੁੱਛਿਆ, ਇਹ ਬਤਾਓ ਇਸ ਦਾ ਸਿਰ ਕੌਣ ਪਕੜ ਸੀ? ਬੁੱਢੇ ਚੂਹੇ ਦੇ ਇਸ ਸਵਾਲ ਸੀ ਸਾਰੇ ਚੁੱਪ ਹੋ ਗਏ। ਬਿੱਲੀ ਦੇ ਸਿਰ ਵੱਲ ਕਿਸੇ ਦਾ ਖਿਆਲ ਹੀ ਨਹੀਂ ਗਿਆ। ਇਤਨੇ ਵਿੱਚ ਇੱਕ ਤਰਫੋਂ ਆਵਾਜ਼ ਆਈ ਤੇ ਸਾਰੇ ਚੂਹੇ ਇਧਰ ਉਧਰ ਨਸਣ ਲੱਗੇ। ਇਸ ਵਿੱਚ ਲੋਕ ਗਲਾਂ ਤੇ ਬੜੀਆਂ ਵੱਡੀਆਂ ਵੱਡੀਆਂ ਕਰਦੇ, ਮਗਰ ਟਾਈਮ ਆਣੇ ਤੇ ਚੂਹੇ ਸੀ ਜ਼ਿਆਦਾ ਬੁਜ਼ਦਲੀ ਦਿਖਾਉਂਦੇ। ਇਸ ਵਿੱਚ ਕਹਿੰਦੇ ਕਿ ਹਰ ਕੰਮ ਵਿੱਚ ਹਿੰਮਤ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ।